अस्पताल वाले किया है पहले कुछ होर कहते ट्रीटमेंट इन्होंने किया 2 लाख रुपये केस सा उठा दिता है साडा केस फटता ही नहीं है हूँ तो धक्के मार के बाहर कर तो मैंने इनको समझाया कि आप क्वारंटीन हो जाओ आपको किसी और से भी नहीं मिलना ये काम नहीं हो पाएगा मेरे पास सब कुछ गवर्नमेंट की ये तो प्राइवेट ही है नहीं नहीं मेरी बात सुन लीजिए जितविंदर कौर मेरा नाम है मैं ना कोई इलाज करवाना आई सी इन्होंने मैं पहला दवाई का ट्रीटमेंट करवाना आई सी इन्होंने मैं डॉक्टर रामा सोफट हॉस्पिटल इन्हों को दवाई का इलाज करवाना आई सी पर इन्होंने सानू कहा तुम दवाई खाने तो चंगा IVF करा लो कि जो इन्ना टाइम अटको कि एक दो महीने च काम हो जूगा पर इन्होंने सानू कर दिया कद 1.5 साल अटकाता है 2 लाख रुपया साडा को एग्रीमेंट किया सारा लै लू लिया पर 1,30,000 रुपया साडे को एडवांस लिता सीगा जिदे चो असी काम हजे करवाया नहीं मैं लोगों का देखा किसी का पॉजिटिव नहीं आया सारे का नैगेटिव आया इस करके हुण मैं नहीं करवाना चाहती मैं कहनी मैंने पैसे मेरे वापस दिते जाण पर यह कहें कि ताडे सारे पैसे लग गए तुहानू मिलने नहीं है ये गल की टेस्ट दवाई पहले शुरू करना आए थे इन्होंने सानू सलाह दी कि IVF हो जाएगा तो बेबी छेती हो जाएगा असी टाइम वेस्ट करन करके असी क्या चल पहला असी करवा लैंदे चल अही की करवा लैंदे आ ते ओ करवाण लगे सी कि पर हुण मैं किसी दा सुनदी नहीं पी किसी दा आया पॉजिटिव इस करके मैं नहीं करवाणा चाहुंदा नहीं हुण की प्रॉब्लम की आई हुण तुहाडे नाल उहनां दी की गलबात होई ਉਹ ਪ੍ਰੋਬਲਮ ਹੈ ਉਹ ਕਹਿੰਦੇ ਕਿ ਅਸੀਂ ਤੁਹਾਡੇ ਪੈਸੇ ਨਹੀਂ ਵਾਪਸ ਕਰਨੇ ਕਿ ਤੁਹਾਡੇ ਜਿਹੜੇ ਪੈਸੇ ਸੀ ਨਾ ਜਿਹੜੇ ਤੁਹਾਡੇ ਇੰਜੈਕਸ਼ਨ ਲਗਾਉਂਦੇ ਰਹੇ ਆ ਤੁਹਾਡੇ ਖਤਮ ਹੋ ਚੁੱਕੇ ਪੈਸੇ ਪਰ ਮੇਰੇ ਕੋਈ ਇਦਾਂ ਦੇ ਕੋਈ ਚੀਜ਼ ਨਹੀਂ ਬਾਕੀ ਸਾਰੇ ਇਹਨਾਂ ਨੇ ਮੇਰੇ ਜਿਹੜੇ ਟੈਸਟ ਕਰਾਏ ਬਾਹਰੋਂ ਲਵਾਏ ਆ ਉਹ ਪੈਸੇ ਅਸੀਂ ਦਿੰਦੇ ਰਹੇ ਆ ਫਿਰ ਜਿਹੜਾ ਸਕੈਨਾਂ ਵਗੈਰਾ ਦਵਾਈਆਂ ਅਸੀਂ ਬਾਹਰੋਂ 30-40 ਹਜ਼ਾਰ ਦੀਆਂ ਖਾਂਦੇ ਰਹੇ ਆ ਚੱਲ ਚੱਲ 4 ਮਹੀਨੇ ਹੋ ਗਏ ਟਾਈਮ ਦਿੱਤਾ ਸੀ ਤੁਹਾਨੂੰ ਉਹਨਾਂ ਨੇ ਕਿ ਇਲਾਜ ਜਿਹੜਾ ਕਹਿੰਦੇ ਸੀ ਤੁਹਾਡੇ 2-3 ਮਹੀਨੇ 'ਚ ਹੋ ਜਾਊਗਾ ਪਰ ਕਰਦੇ ਕਰਦੇ 1.5 ਸਾਲ ਸਾਨੂੰ ਦਵਾਈਆਂ 'ਤੇ ਅਟਕਾਇਆ ਹੋਇਆ ਕੁਛ ਨਹੀਂ ਕੀਤਾ 1.5 ਸਾਲ ਹੋ ਗਏ ਤੇ ਸਾਡੇ ਨਾਲ ਕਰੋੜੀ ਮੰਗ ਕੀ ਕਰਦੇ ਹੋ ਤੁਸੀਂ ਅਸੀਂ ਆਪਣੇ ਪੈਸੇ ਵਾਪਸ ਲੈਣਾ ਚਾਹੁੰਦੇ ਹਾਂ ਜਿਆਦਾ ਪੂਰਾ ਟ੍ਰੀਟਮੈਂਟ ਪੁਲਿਸ ਨੂੰ ਕੰਪਲੇਂਟ ਦਿੱਤੀ ਤੁਸੀਂ ਹਾਂਜੀ ਕੱਲ ਪੁਲਿਸ ਨੂੰ ਕੀਤੀ ਇਹਨਾਂ ਨੇ ਕੱਲ ਕੀਤੀ ਪੁਲਿਸ ਤਾਂ ਕਹਿੰਦੇ ਤੁਹਾਡੇ ਨਾਲ ਇਹਨਾਂ ਨੇ ਪੁਲਿਸ ਆਪ ਹੀ ਸੱਦੀ ਸੀ ਕੱਲ ਉਹ ਕਹਿੰਦੇ ਆ ਫਰੋਡ ਨੇ ਇਹਨਾਂ ਦਾ ਕੰਮ ਐਦਾਂ ਦਾ ਹੈ ਹਰੇਕ ਬਸ ਕਹਿੰਦੇ ਆਉਂਦੇ ਰਹਿੰਦੇ ਆ ਤੇ ਕਰਦੇ ਆ ਫਰੋਡ ਹੈ ਪੁਲਿਸ ਵੀ ਆਈ ਕਹਿੰਦੀ ਹੈ ਨਾਮ ਜੀ ਰਵਿੰਦਰਦੀਪ ਸਿੰਘ ਜੀ ਕਿੱਥੇ ਦੀ ਕੀ ਹੋਇਆ ਇਸ ਟਾਈਮ ਮੈਂ ਖੜਾ ਜੀ ਆਪਣੇ ਰਾਮਾ ਹਸਪੀਟਲ ਰਾਮਾ ਸੋਫਟ ਹਸਪੀਟਲ ਖਲੋਤਾ ਵਾਂ ਜੀ ਇਹ ਜੀ ਅਸੀਂ 1.5 ਸਾਲ ਤੋਂ ਇੱਥੋਂ ਇਲਾਜ ਕਰਾ ਰਹੇ ਹਾਂ ਜੀ ਇਹਨਾਂ ਨੇ ਸਾਡੇ ਕੋਲ 1,30,000 ਰੁਪਏ ਐਡਵਾਂਸ ਲਿਆ ਜੀ 70,000 ਰੁਪਏ ਦੇ ਲੱਗੇ ਛੱਕੇ ਇਹਨੇ ਦਵਾਈਆਂ ਰਿਪੋਰਟਾਂ ਸਾਡੇ ਕੋਲ ਕਰਵਾ ਬੈਠਾ ਜੀ ਪਰ ਇਹਨੇ ਸਾਡੇ ਤੋਂ ਇਲਾਜ ਨਹੀਂ ਪੂਰਾ ਹੋਇਆ ਇਹਦੇ ਕੋਲ ਤੇ ਅਸੀਂ ਇਹਨੂੰ ਕਿਹਾ ਜੀ ਸਾਡਾ ਇਲਾਜ ਪੂਰਾ ਕਰੇ ਪਰ ਇਹ ਇਲਾਜ ਨਹੀਂ ਕਰ ਰਿਹਾ ਸਾਡਾ ਕੀ ਹੈ ਕੀ ਪ੍ਰੋਬਲਮ ਪ੍ਰੋਬਲਮ ਇਹ ਹੈ ਕਿ ਅਸੀਂ ਮੇਰੀ ਵਾਈਫ ਦੇ ਨਾਲ ਅਸੀਂ ਆਏ ਸੀ ਇਹਨੂੰ ਥੋੜੀ ਪ੍ਰੋਬਲਮ ਸੀ ਇਸ ਕਰਕੇ ਇਹਦਾ ਇਲਾਜ ਕਰਾਉਣ ਲਈ ਅਸੀਂ ਟੈਸਟ ਟੂ ਬੇਬੀ ਦਾ ਵੀ ਕਿਹਾ ਸੀ ਅਸੀਂ ਆਏ ਤੇ IVF ਕਰਾਉਣ ਸੀ ਪਰ ਇਹਨੇ ਸਾਨੂੰ ਕਿਹਾ ਕਿ ਟੈਸਟ ਟੂ ਬੇਬੀ ਕਰਾਓ 100% ਹੋਏਗਾ ਫਿਰ ਇਹਨੇ ਸਾਨੂੰ 30% ਗਾਰੰਟੀ ਦਿੱਤੀ ਜਦੋਂ ਸਾਡੇ ਕੋਲ ਸਾਰੇ ਪੈਸੇ ਲੈ ਬੈਠਾ ਪਰ ਪਹਿਲਾਂ 100% ਗਾਰੰਟੀ ਕਹਿ ਰਿਹਾ ਸੀ ਫਿਰ 30% ਕਰਤੀ ਜੀ ਇਹਨੇ ਗਾਰੰਟੀ ਸਾਡੀ ਇਸ ਕਰਕੇ ਹੁਣ ਅਸੀਂ ਜੇ ਕਿਹਾ ਕਿ ਸਾਡਾ ਕਿ ਕੰਮ ਕਰ ਰਿਹਾ ਇਹ ਕਹਿੰਦਾ ਮੈਂ ਤੁਹਾਡਾ ਕੰਮ ਕਰਕੇ ਰਾਜੀ ਨਹੀਂ ਹੈਗਾ ਇਹਨਾਂ ਨੇ ਸਾਡੇ ਪ੍ਰੋਬਲਮ ਜ਼ਿਆਦਾ ਪਾਤੀ ਇਹਨੇ ਪ੍ਰੋਬਲਮ ਜ਼ਿਆਦਾ ਪਾਤੀ ਆ ਇੰਜੈਕਸ਼ਨ ਲਾ ਕੇ ਪਹਿਲਾਂ ਇਹ ਰਿਪੋਰਟ ਨੈਗੇਟਿਵ ਕਰਤੀ ਕਰੋਨਾ ਦੀ ਫਿਰ ਇਹਨੇ ਪੋਜ਼ਿਟਿਵ ਕਰਤੀ ਇੰਜੈਕਸ਼ਨ ਲਗਾ ਕੇ ਇਸ ਕਰਕੇ ਹੁਣ ਸਾਡੀ ਵਾਈਫ ਦੇ ਬਹੁਤ ਜ਼ਿਆਦਾ ਖਰਾਬੀ ਕਰਤੀ ਹਾਂ ਸਿਵਲ ਹਸਪਤਾਲ ਅਸੀਂ ਜਾ ਕੇ ਦੁਬਾਰਾ ਤੋਂ ਰਿਪੋਰਟ ਕਰਾਈ ਤੇ ਉੱਥੇ ਨੈਗੇਟਿਵ ਆਈ ਤੀਜੇ ਦਿਨ ਅਸੀਂ ਰਿਪੋਰਟ ਉਹ ਸਾਨੂੰ ਨੈਗੇਟਿਵ ਦੀ ਮਿਲੀ ਜੀ ਉਸੇ ਵੇਲੇ ਹੀ ਕਰਾਈ ਉਸੇ ਟਾਈਮ ਕਰਾਈ ਸੀ ਇੱਥੋਂ ਜਾ ਕੇ ਨੈਗੇਟਿਵ ਕਰਾਈ ਹੁਣ ਕੀ ਮੰਗ ਕੀ ਕਰਦੇ ਹੁਣ ਅਸੀਂ ਇਹੀ ਮੰਗ ਕਰਦੇ ਕਿ ਸਾਡੇ ਪੈਸੇ ਪੂਰੇ ਵਾਪਸ ਕੀਤੇ ਜਾਣ ਕੀ ਕਿਹਾ ਜਾ ਰਿਹਾ ਸਾਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਧਮਕੀਆਂ ਦੇ ਰਹੇ ਆ ਕਿ ਅਸੀਂ ਪੈਸੇ ਵਾਪਸ ਨਹੀਂ ਕਰਨੇ ਰਾਤੀ ਇਹ ਪੁਲਿਸ ਵਾਲੇ ਵੀ ਸੱਦੇ ਸੀ ਇਹਨੇ ਤੇ ਸਾਨੂੰ ਭਜਾਉਣ ਵਾਸਤੇ ਪਰ ਅਸੀਂ ਥਾਣੇ ਗਏ ਆ ਸਾਡੇ ਨਾਲ ਕੋਈ ਗੱਲ ਨਹੀਂ ਆ ਪਹੁੰਚਿਆ ਨਹੀਂ ਪ੍ਰਸ਼ਾਸਨ ਸਾਡੇ ਨਾਲ ਹੈ ਹਾਂਜੀ ਪ੍ਰਸ਼ਾਸਨ ਸਾਡੇ ਨਾਲ ਜੀ ਮੇਰਾ ਨਾਮ ਡਾਕਟਰ ਅਮਿਤ ਸੋਫਟ ਹੈ ਮੈਂ ਰਮਾ ਸੋਫਟ ਹਸਪੀਟਲ ਦੇ ਵਿੱਚ ਇੱਕ IVF ਸਪੈਸ਼ਲਿਸਟ ਦੇ ਤੌਰ ਤੇ ਕੰਮ ਕਰ ਰਿਹਾ ਆਪਣੇ ਹਸਪੀਟਲ ਦੇ ਵਿੱਚ ਮਿਸਿਸ ਦਵਿੰਦਰ ਕੌਰ ਤੇ ਰਵਿੰਦਰਜੀਤ ਸਿੰਘ ਇਲਾਜ ਵਾਸਤੇ ਆਏ ਸੀ IVF ਇਲਾਜ ਵਾਸਤੇ ਇਹਨਾਂ ਦੇ 3-4 ਸਾਲ ਹੋ ਗਏ ਪ੍ਰੈਗਨੈਂਸੀ ਨਹੀਂ ਹੋ ਪਾ ਰਹੀ ਔਰ ਵਾਈਫ ਦੇ ਥੋੜੇ ਪੀਰੀਅਡਸ ਦੀ ਪ੍ਰੋਬਲਮ ਹੈ ਕੁਝ ਮੈਡੀਕਲ ਹੋਰ ਵੀ ਕੰਪਲਿਕੇਸ਼ਨ ਸੀਗੀਆਂ ਜਿਸ ਦੇ ਵਾਸਤੇ ਇਹਨਾਂ ਨੂੰ IVF ਟ੍ਰੀਟਮੈਂਟ ਵਾਸਤੇ ਸਲਾਹ ਦਿੱਤੀ ਗਈ ਸੀਗੀ ਜਦ IVF ਇਲਾਜ ਸ਼ੁਰੂ ਕੀਤਾ ਸੀਗਾ ਇਹਨਾਂ ਨੂੰ ਬਕਾਇਦਾ ਦੱਸਿਆ ਗਿਆ ਸੀਗਾ ਕਿ ਟ੍ਰੀਟਮੈਂਟ ਅੱਜ ਕੱਲ੍ਹ ਕਰੋਨਾ ਦਾ ਟਾਈਮ ਹੈ ਤੁਸੀਂ ਅਜੇ ਵੇਟ ਕਰਕੇ ਕਰਾ ਲਓ ਪਰ ਪੇਸ਼ੈਂਟ ਜਲਦੀ ਸੀਗੇ ਇਹ ਕਹਿੰਦੇ ਸੀਗੇ ਕਿ ਥੋੜ੍ਹਾ ਜਲਦੀ ਕਰ ਦਿੱਤਾ ਜਾਵੇ ਇਲਾਜ ਤਾਂ ਇਹਨਾਂ ਨੂੰ ਬਕਾਇਦਾ ਦੱਸਿਆ ਗਿਆ ਸੀਗਾ ਕਿ ਜੇਕਰ ਪੇਸ਼ੈਂਟ ਨੂੰ ਕਰੋਨਾ ਹੋ ਜਾਏਗਾ ਵਿੱਚ ਨੂੰ ਇਲਾਜ ਦੇ ਵਿੱਚ ਤਾਂ ਇਲਾਜ ਬੰਦ ਕਰਨਾ ਪਏਗਾ ਔਰ ਉਸ ਦੇ ਵਿੱਚ ਪੇਸ਼ੈਂਟਸ ਦਾ ਟ੍ਰੀਟਮੈਂਟ ਦੀ ਕਾਸਟਿੰਗ ਵੇਸਟ ਹੁੰਦੀ ਹੈ ਬਿਕੋਜ਼ ਇੰਜੈਕਸ਼ਨਸ IVF ਦੇ ਵਿੱਚ ਕਾਫੀ ਜ਼ਿਆਦਾ ਕਾਸਟਲੀ ਹੁੰਦੇ ਨੇ ਪੇਸ਼ੈਂਟ ਨੂੰ ਇਸ ਬਾਰੇ ਵਿਸਤਾਰਪੂਰਵਕ ਦੱਸਿਆ ਗਿਆ ਸੀਗਾ ਹੈਂਡ ਰਿਟਨ ਕੰਸੈਂਟ ਲਿੱਤੀ ਗਈ ਹਸਬੈਂਡ ਵਾਈਫ ਦੇ ਸਾਈਨ ਹੋਏ ਹੋਏ ਹੈ ਕਿ ਜੇ ਟ੍ਰੀਟਮੈਂਟ
चालू होएगा और अगर इनकेस ट्रीटमेंट विच बंद होंदा है किसी भी कारण स्पेशली कोरोना इन्फेक्शन करके ਤਾਂ ਤੁਹਾਡੇ ਟੀਕਿਆਂ ਦੀ ਕੋਸਟਿੰਗ ਵੇਸਟ ਹੋ ਸਕਦੀ ਹੈ ਤਾਂ ਦੋਨੋਂ ਹਸਬੈਂਡ ਵਾਈਫ ਨੇ ਇਹੀ ਰਜ਼ਾਮੰਦੀ ਦਿੱਤੀ ਸੀਗੀ ਕਿ ਅਸੀਂ ਟ੍ਰੀਟਮੈਂਟ ਲੈਣਾ ਚਾਹੁੰਦੇ ਹਾਂ ਔਰ ਆਪਣਾ ਟ੍ਰੀਟਮੈਂਟ ਕੰਟੀਨਿਊ ਕਰਾਂਗੇ ਈਵਨ ਇਫ ਇੰਜੈਕਸ਼ਨ ਦੀ ਕੋਸਟਿੰਗ ਵੇਸਟ ਹੁੰਦੀ ਹੈ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਉਹ ਤਾਂ ਸਰ ਕਹਿੰਦੇ ਹੁਣ ਵੀ ਅਸੀਂ ਇਲਾਜ ਕਰਾਉਣ ਨੂੰ ਤਿਆਰ ਹਾਂ ਪਰ ਪੈਸੇ ਮੰਗ ਰਹੇ ਹਾਂ ਇੱਦਾਂ ਸਰ ਐਸੀ ਕੋਈ ਗੱਲ ਨਹੀਂ ਹੋਈ ਮੈਨੂੰ ਤਾਂ ਕੋਈ ਪੈਸਿਆਂ ਬਾਰੇ ਗੱਲ ਨਹੀਂ ਹੋਈ ਤੁਸੀਂ ਟੈਸਟਿੰਗ ਤੁਸੀਂ ਗੱਲ ਕਰ ਰਹੇ ਹੋ ਕਹਿੰਦੇ ਜਦੋਂ ਤੁਹਾਡਾ ਟੈਸਟ ਨੈਗੇਟਿਵ ਹੋਇਆ ਸੀਗਾ ਤੁਸੀਂ ਕਰਾਇਆ ਉਹਨੂੰ ਕਹਿੰਦੇ ਟੈਸਟ ਦੀ ਰਿਪੋਰਟ ਅਸੀਂ ਸਿਵਲ ਤੋਂ ਕਰਾਈ ਹੈ ਤੇ ਉੱਥੇ ਨੈਗੇਟਿਵ ਆਇਆ ਸਰ ਉਹ ਰਿਪੋਰਟ ਉਹਨਾਂ ਕੋਲ ਹੈ ਨਹੀਂ ਸਿਰਫ ਮੂੰਹ ਜਵਾਨੀ ਰਿਪੋਰਟ ਦੀ ਗੱਲ ਕਰ ਰਹੇ ਜੋ ਰਿਪੋਰਟ ਗਵਰਨਮੈਂਟ ਆਥੋਰਾਈਜ਼ਡ ਲੈਬ ਹੈ ਰਣਬੈਕਸੀ ਲੈਬ ਮੇਰੇ ਆਪਣੇ ਹਸਪੀਟਲ 'ਚ ਤਾਂ ਹੁੰਦੀ ਨਹੀਂ ਬ੍ਰਦਰ ਰਿਪੋਰਟ ਉਹ ਤਾਂ ਦੇਖੋ ਅਸੀਂ ਵੀ ਅੱਗੇ ਭੇਜਦੇ ਹਾਂ ਜੋ ਰਿਪੋਰਟ ਆਏਗੀ ਉਹ ਰਿਪੋਰਟ ਦੇ ਅਨੁਸਾਰ ਹੀ ਮੈਂ ਅੱਗੇ ਟ੍ਰੀਟਮੈਂਟ ਕਰਾਂਗਾ ਨਾ ਕਪਲ ਦਾ ਜੇ ਹੁਣ ਕਿਸੇ ਦੀ ਪੋਜ਼ਿਟਿਵ ਆ ਰਹੀ ਰਿਪੋਰਟ ਤਾਂ ਉਹਨੂੰ ਨਿਕਾਰਿਆ ਤਾਂ ਨਹੀਂ ਜਾ ਸਕਦਾ ਔਰ ਗਵਰਨਮੈਂਟ ਦੀ ਆਥੋਰਾਈਜ਼ਡ ਲੈਬ ਹੈ ਕੋਈ ਮੇਰੇ ਘਰ 'ਚ ਤਾਂ ਟੈਸਟ ਹੋਇਆ ਨਹੀਂ ਕਿ ਮੈਂ ਆਪਣੇ ਹਸਪੀਟਲ 'ਚ ਟੈਸਟ ਕੀਤਾ ਉਹ ਕਹਿੰਦੇ ਜੀ ਸਾਡੇ ਕੋਲ ਨੀਅਰ ਅਬਾਊਟ 2 ਲੱਖ ਦੇ ਕਰੀਬ ਪੈਸੇ ਅਮਾਊਂਟ ਲੈ ਲਈ ਨਾਟ ਐਟ ਆਲ ਨਾਟ ਐਟ ਆਲ ਉਹਨਾਂ ਕੋਲ ਕੋਈ ਰਿਸੀਟ ਨਹੀਂ ਹੈ ਤੁਸੀਂ ਉਹਨਾਂ ਨਾਲ ਗੱਲ ਕਰੋ ਜੋ ਸਿਰਫ 30,000 ਮੇਰੀ ਫੀਸ ਹੈ ਬ੍ਰਦਰ ਔਰ ਜੋ ਇੰਜੈਕਸ਼ਨਸ ਦੀ ਕੋਸਟਿੰਗ ਉਹ ਪੇਸ਼ੈਂਟ ਨੇ ਕੋਸਟ ਖਰੀਦੀ ਹੈ ਐਸੀ ਕੋਈ ਗੱਲ ਨਹੀਂ ਹੈ ਹੁਣ ਪਰ ਉਹ ਕਹਿ ਰਹੇ ਨੇ ਕਿ ਸਾਡੇ ਪੈਸੇ ਵਾਪਸ ਕੀਤੇ ਜਾਣ ਸਾਡੇ ਇੰਜੈਕਸ਼ਨਸ ਦੀ ਜਿਹੜੀ ਕੋਸਟਿੰਗ ਹੈ ਬ੍ਰਦਰ ਉਹ ਕਿਤਾਂ ਵਾਪਸ ਹੋਏਗੀ 10 ਦਿਨ ਟੀਕੇ ਲੱਗਦੇ ਨੇ 10 ਦਿਨ ਇੰਜੈਕਸ਼ਨਸ ਲੱਗਦੇ ਪੇਸ਼ੈਂਟ ਨੂੰ ਆਈਵੀਐਫ ਦੇ 10ਵੇਂ ਦਿਨ ਪੇਸ਼ੈਂਟ ਦਾ ਟੈਸਟ ਪੋਜ਼ਿਟਿਵ ਆ ਗਿਆ ਪਹਿਲਾ ਟੈਸਟ ਇਹਨਾਂ ਦਾ ਨੈਗੇਟਿਵ ਆਇਆ ਸੀ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ 10ਵੇਂ 11ਵੇਂ ਦਿਨ ਜਦ ਐਗਸ ਕੱਢਨੇ ਹੁੰਦੇ ਨੇ ਆਈਵੀਐਫ ਤੋਂ ਪਹਿਲਾਂ ਤਾਂ ਟੈਸਟ ਪੋਜ਼ਿਟਿਵ ਆ ਗਿਆ ਉਹ ਫਿਰ ਉਹਦੇ 'ਚ ਤਾਂ ਦੇਖੋ ਪੇਸ਼ੈਂਟ ਨੂੰ ਦੱਸ ਕੇ ਜ਼ਿੰਮੇਵਾਰੀ ਲੈ ਕੇ ਸਾਈਨ ਕਰਾ ਕੇ ਫਿਰ ਹੀ ਟ੍ਰੀਟਮੈਂਟ ਸ਼ੁਰੂ ਕੀਤਾ ਸੀ ਪ੍ਰੋਸੀਜਰ ਸ਼ੁਰੂ ਹੀ ਤਦ ਕੀਤਾ ਗਿਆ ਸੀਗਾ ਕਿ ਅਗਰ ਪੇਸ਼ੈਂਟ ਦੀ ਸਹਿਮਤੀ ਹੋਏਗੀ ਭਾਜੀ ਇਹ ਜੋ ਡਾਕਟਰ ਰਮਾ ਸੋਫਤ ਹੈ ਇੱਥੇ ਦਵਿੰਦਰ ਕੌਰ ਦਾ ਇਲਾਜ ਚੱਲ ਰਿਹਾ ਸੀ ਉਹਦੇ ਬਾਰੇ ਜਿਹੜੇ ਪੇਸ਼ੈਂਟ ਨੇ ਉਹਨਾਂ ਦੀ ਕੋਈ ਪ੍ਰੋਬਲਮ ਨੇ ਕੋਈ ਕੰਪਲੇਂਟਸ ਨੇ ਉਹਨਾਂ ਨੂੰ ਦੱਸਿਆ ਗਿਆ ਕਿ ਆਪਣੀ ਕੰਪਲੇਂਟ ਦੇਣ ਉਸ ਤੋਂ ਬਾਅਦ ਜੋ ਹੈ ਕਾਰਵਾਈ ਜਿਸ ਤਰ੍ਹਾਂ ਦੀ ਜਾਂਚ ਕਰਕੇ ਉਸ ਤਰ੍ਹਾਂ ਦਾ ਐਕਸ਼ਨ ਲਿਆ ਜਾਊਗਾ ਅਜੇ ਤੱਕ ਸਾਡੇ ਕੋਲ ਕੰਪਲੇਂਟ ਨਹੀਂ ਹੈ ਕੰਪਲੇਂਟ ਲੈ ਲਈਏ ਫਿਰ ਉਸ ਤੋਂ ਬਾਅਦ ਦੇਖਦੇ ਹਾਂ ਕੀ ਹੈ ਹਸਪੀਟਲ ਵੱਲੋਂ ਹਜੇ ਕੰਪਲੇਂਟ ਆਊਗੀ ਫਿਰ ਅੱਗੇ ਪੁੱਛਾਂਗੇ ਜਾਂਚ ਉਸ ਤਰੀਕੇ ਨਾਲ ਜਾਊਗੀ ਅੱਗੇ ਕਰਾਂਗੇ ਪ੍ਰੋਸੀਡ ਪਤਾ ਕਰ ਰਹੇ ਸਾਰਾ ਕੁਛ ਅਸੀਂ ਹਜੇ ਹੁਣੇ ਪਹੁੰਚੇ ਹੀ ਹਾਂ ਕਰਦੇ ਹਾਂ ਸਾਰੀ ਦੁਖੀ ਭੈਣ ਭਰਾਵਾਂ ਦੇ ਮਸੀਹਾ ਪੰਜਾਬ ਦੇ ਮਸ਼ਹੂਰ ਜੋਤਿਸ਼ 50 ਸਾਲਾਂ ਦਾ ਮਹਾਨ ਤਜਰਬਾ ਸਵਾਮੀ ਸ਼ੁਕਰਾਚਾਰੀਆ ਮਾਂ ਕਾਲੀ ਉਪਾਸਕ ਤਾਂਤਰਿਕ ਵਿਧੀ ਨਾਲ ਪਾਓ 100% ਗਾਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਪ੍ਰੇਮ ਵਿਆਹ ਚ ਰੁਕਾਵਟ ਸੌਧਨ ਦੁਸ਼ਮਣ ਦਾ ਖਾਤਮਾ ਵਿਦੇਸ਼ ਚ ਪੱਕਾ ਹੋਣਾ ਕੀਤਾ ਕਰਾਇਆ ਗੁਪਤ ਵਸ਼ੀਕਰਨ ਕਰਾਓ ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਬਸ ਚ ਕਰੋ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ 98 729 0 14 31